ਕਰ ਦਿੱਤੀ। ਚਲੋ ਸਰ ਇਹ ਲੈਮਨ ਬਾਮ ਹੈ ਔਰ ਇਹ ਜਿਹੜੀ ਸਰ ਸੋਰ ਬੀਜ਼ਲ ਬੇਜ਼ਲ ਹੈ ਨੈਰੋ ਲੀਫ ਬੇਜ਼ਲ ਇਹ ਵੀ ਹੈ ਵੀ ਤੁਖ ਜਿਹਨੂੰ ਮਤਲਬ ਕਿ ਤੁਖ ਮਲੰਗਾ ਵੀ ਕਹਿੰਦੇ ਨੇ ਪਹਾੜੀ ਜ਼ਬਾਨ ਚ ਇਹਨੂੰ ਕਹਿੰਦੇ ਨੇ ਬਬਰੀ ਠੀਕ ਹੈ ਜੀ ਇਹ ਬਬਰੀ ਹੈ ਔਰ ਵੈਸੇ ਨਿਆਜ਼ਬੂ ਕਿਹਾ ਜਾਂਦਾ ਇਹਨੂੰ ਨਿਆਜ਼ਬੂ ਵੀ ਕਿਹਾ ਔਰ ਇਹ ਲੈਮਨ ਬਾਮ ਹੈ ਇਹ ਲੈਮਨ ਬਾਮ ਹੈ ਜਿਹੜੀ ਕਿ ਤੁਹਾਨੂੰ ਵਿਕਸ ਵਗੈਰਾ ਦੇ ਵਿੱਚ ਇਸਤੇਮਾਲ ਹੁੰਦੀ ਹੈ ਸਿਰ ਦਰਦ ਵਾਸਤੇ ਇਹਨੂੰ ਇਸਤੇਮਾਲ ਕੀਤਾ ਜਾਂਦਾ ਪੇਟ ਦੀ ਬਿਮਾਰੀਆਂ ਵਾਸਤੇ ਬਹੁਤ ਅੱਛੀ ਬੱਚਿਆਂ ਨੂੰ ਪਾਣੀ ਬੋਇਲ ਕਰਕੇ ਦਾ ਦਿੰਦੇ ਨੇ ਵਾਕਈ ਟਿੱਲਾ ਜੋਗੀਆ ਜਿਹੜਾ ਕਿ ਕਿਹਾ ਜਾਂਦਾ ਹੈ ਕਿ ਸੰਨਿਆਸੀਆਂ ਦਾ ਜੋਗੀਆਂ ਦਾ ਟਿੱਲਾ ਸੀ ਇੱਥੇ ਲੋਕ ਜੋਗ ਲੈਣ ਵਾਸਤੇ ਵੀ ਆਉਂਦੇ ਸਨ ਔਰ ਉਸ ਤੋਂ ਬਾਅਦ ਇੱਥੇ ਦੀਆਂ ਜਿਹੜੀਆਂ ਜੜੀਆਂ ਬੂਟੀਆਂ ਸੀ ਉਹਨਾਂ ਤੋਂ ਮੁਸਤਫੀਦ ਹੋਣ ਵਾਸਤੇ ਲੋਕ ਅਸਲ ਦੇ ਚਾਹੁੰਦੇ ਸੀ ਇੱਥੇ ਹੁੰਦਾ ਬੇਕੜ ਇੱਥੇ ਹੁੰਦਾ ਜੇ ਲੈਮਨ ਬਾਮ ਹੈ ਇਸ ਤੋਂ ਬਾਅਦ ਇੱਥੇ ਜਿਹੜੀ ਹੈ ਬਬਰੀ ਹੈ ਬਬਰੀ ਤੋਂ ਇਲਾਵਾ ਪਹਾੜੀ ਸਫੈਦ ਪੁਦੀਨਾ ਮਿਲੇਗਾ ਤੁਹਾਨੂੰ ਕੱਸੀਆਂ ਦੇ ਨਾਲ ਨਾਲ ਉਹ ਲੋਕ ਜਿਹੜੇ ਪਹਾੜੀ ਇੱਥੇ ਆਉਂਦੇ ਸਨ ਸੰਨਿਆਸੀ ਆਉਂਦੇ ਸਨ ਜੋਗੀ ਆਉਂਦੇ ਸਨ ਉਹ ਇਹ ਸਾਰੀਆਂ ਚੀਜ਼ਾਂ ਖੁਸ਼ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਲੈ ਕੇ ਜਾਂਦੇ ਸਨ 1947 ਤੋਂ ਪਹਿਲੇ ਜਿਹੜੇ ਬੰਦੇ ਕੋਲ ਜੋਗ ਸੀ ਜਾਂ ਜਿਹੜਾ ਜੋਗੀ ਸੀ ਔਰ ਜਿਹੜਾ ਬੰਦਾ ਵੀ ਦਰਵੇਸ਼ ਬਣਿਆ ਸੀ ਉਹਨੂੰ ਸਾਲ ਚ ਦੋ ਵਾਰੀ ਜੋਗ ਲੈਣਾ ਇੱਥੇ ਟਿੱਲੇ ਤੇ ਆਉਣਾ ਪੈਂਦਾ ਸੀ ਤਾਂ ਸਭ ਤੋਂ ਪਹਿਲੇ ਗੋਰਖਨਾਥ ਦਾ ਟਿੱਲਾ ਫਿਰ ਬਾਲਨਾਥ ਦਾ ਟਿੱਲਾ ਫਿਰ ਬਾਬੇ ਗੁਰੂ ਨਾਨਕ ਦਾ ਟਿੱਲਾ ਔਰ ਅਖੀਰ ਜਿਹੜਾ ਦਾ ਨਾਮ ਜਿਹੜਾ ਪੈ ਗਿਆ ਟਿੱਲਾ ਜੋਗੀਆਂ ਕਨਪਟਿਆਂ ਦਾ ਜੋਗਲਾ ਕਨਫਟਿਆਂ ਦਾ ਟਿੱਲਾ ਵੀ ਕਿਹਾ ਜਾਂਦਾ ਇਹਨੂੰ ਜਿਹੜਾ ਔਰ ਅੱਜ ਕਿਆ ਬਾਤ ਹੈ ਜੀ ਪਤਾ ਚੱਲਦਾ ਕਿ ਵੀ ਗੁਰੂਆਂ ਦਾ ਟਿੱਲਾ ਮੁਗਲਾਂ ਦਾ ਟਿੱਲਾ ਅਲੈਗਜ਼ੈਂਡਰ ਦਾ ਟਿੱਲਾ ਮਤਲਬ ਕਿ ਅਗਰ ਤੁਸੀਂ ਦੇਖੋ 1947 ਤੋਂ ਪਹਿਲੇ ਜਿੰਨੀ ਵੀ ਜਨਰੇਸ਼ਨ ਗੁਜ਼ਰੀਆਂ ਨੇ ਇਹਦੀ ਜਿਹੜੀ ਹੈ ਆਪਣੀ ਹੀ ਇੰਪੋਰਟੈਂਸ ਸੀ ਟਿੱਲਾ ਜੋਗੀਆਂ ਦੀ ਅੱਜ ਵੀ ਤੁਸੀਂ ਅਗਰ ਦੇਖਿਆ ਜਾਏ ਜਿਹੜੇ ਲੋਕ ਪਾਕਿਸਤਾਨ ਚ ਰਹਿੰਦੇ ਨੇ ਮੇਰੀ ਗੱਲ ਸਮਝ ਰਹੇ ਹੋਣਗੇ ਕਿ ਟਿੱਲਾ ਜੋਗੀਆਂ ਨੂੰ ਇੱਕ ਹੋਰ ਵੀ ਬਹੁਤ ਵੱਡੀ ਇੰਪੋਰਟੈਂਸ ਹੈ ਕਿ ਇੱਥੋਂ ਹੀ ਜਿਹੜਾ ਪਹਿਲਾ ਟੈਸਟ ਫਾਇਰ ਕੀਤਾ ਗਿਆ ਗੋਰੀ ਦਾ ਉਹ ਵੀ ਇੱਥੋਂ ਹੀ ਕੀਤਾ ਗਿਆ ਟਿੱਲਾ ਜੋਗੀਆਂ ਤੋਂ ਔਰ ਗੋਰੀ ਦੇ ਨਾਂ ਸ਼ਾਹਬੂਦੀਨ ਗੋਰੀ ਦੇ ਨਾਮ ਤੋਂ ਐਸੇ ਏਰੀਏ ਦੇ ਵਿੱਚ ਹੀ ਉਹ ਜਿਹੜੇ ਸੀ ਫੋਤ ਹੋਏ ਸਨ ਉਹ ਇਸ ਵਜ੍ਹਾ ਨਾਲ ਇਹਨੂੰ ਕਾਫੀ ਇੰਪੋਰਟੈਂਸ ਹਾਸਿਲ ਹੈ ਕਿ ਟਿੱਲਾ ਜੋਗੀਆਂ ਅੱਜ ਵੀ ਇਹਦੀ ਇੰਪੋਰਟੈਂਸ ਹੈ ਲੇਕਿਨ ਇਹਨੂੰ ਉਜਾਗਰ ਕਰਨ ਦੀ ਜ਼ਰੂਰਤ ਹੈ ਪੰਜਾਬੀਆਂ ਨੂੰ ਇਸ ਵਿਰਸੇ ਦੀ ਕਦਰ ਕਰਨੀ ਚਾਹੀਦੀ ਪਾਕਿਸਤਾਨੀਆਂ ਨੂੰ ਵੀ ਕਦਰ ਕਰਨੀ ਚਾਹੀਦੀ ਔਰ ਵਰਲਡ ਹੈਰੀਟੇਜ ਨੂੰ ਵੀ ਜਿਹੜਾ ਇਹਦੇ ਤੇ ਥੋੜੀ ਜਿਹੀ ਤਵੱਜੋ ਦੇਣ ਦੀ ਜ਼ਰੂਰਤ ਹੈ ਔਰ ਮੈਂ ਪਾਕਿਸਤਾਨ ਹੈਰੀਟੇਜ ਕਲੱਬ ਦੇ ਇਸ ਤਮਾਮ ਮੈਂਬਰਸ ਨੇ ਔਰ ਆਪਣੇ ਪਿਆਰਾ ਨਨਕਾਣਾ ਦੇ ਮੈਂਬਰ ਨੇ ਔਰ ਤੁਸੀਂ ਦੱਸੋ ਜਿਹੜਾ ਅਬਦੁਲ ਮਨਾਨ ਇਹ ਹੈ ਪਾਕਿਸਤਾਨ ਟੂਰਿਜ਼ਮ ਇਹ ਹੈ ਪਾਕਿਸਤਾਨ ਔਰ ਇਹ ਹੈ ਮੇਰਾ ਪਾਕਿਸਤਾਨ ਔਰ ਪਾਕਿਸਤਾਨ ਹੈਰੀਟੇਜ ਕਲੱਬ ਦੇ ਇਹ ਤਮਾਮ ਮੈਂਬਰਸ ਜਿਹੜੇ ਨੇ ਟਿੱਲਾ ਜੋਗੀਆਂ ਐਕਸਪਲੋਰ ਕਰਨ ਵਾਸਤੇ ਆਏ ਨੇ ਥੈਂਕ ਯੂ ਬਾਬਾ ਜੀ ਥੈਂਕ ਯੂ